ਸਤਿ ਸ਼੍ਰੀ ਅਕਾਲ ਜੀ, ਚੈਨਲ 'ਤੇ ਆਏ ਵੀਰਾਂ ਨੂੰ। ਅਤੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਟਰੈਕਟਰ ਦਾ ਜਿੰਨਾ ਕੁ ਸਮਾਨ ਆਪਾਂ ਉੱਥੋਂ ਹੋਰ ਲਿਆਂਦਾ, ਅਤੇ ਇੱਕ ਸ਼ੋਅ ਮਿਲ ਗਈ ਆਪਾਂ ਨੂੰ, ਅਤੇ ਨਾਲ ਹੋਰ ਜਿਹੜਾ ਨਿੱਕਾ ਸਮਾਨ ਆ ਉਹ ਵੀ ਦਿਖਾਉਣੇ ਆ। ਜਿਹੜੇ ਵੀਰ ਚੈਨਲ 'ਤੇ ਜੀ ਨਵੇਂ ਆਏ ਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈੱਲ ਵਾਲੀ ਘੰਟੀ ਵੀ ਦਬਾ ਲਿਓ। ਅਤੇ ਜਿਹੜੇ ਮੇਰੇ ਵੀਰ ਪੁਰਾਣੇ ਜੁੜੇ ਹੋਏ ਆ ਜੀ, ਉਹ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਨਾਲੇ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ, ਸ਼ੇਅਰ ਵਟਸਐਪ ਜਾਂ ਗਰੁੱਪਾਂ ਜਾਂ ਫੇਸਬੁੱਕ 'ਤੇ ਕਰ ਦਿਆ ਕਰੋ, ਉਹਦੇ ਨਾਲ ਹੋਰ ਵੀ ਲੋਕਾਂ ਤੱਕ ਆਪਣੀਆਂ ਵੀਡੀਓ ਪਹੁੰਚ ਜਾਂਦੀਆਂ। ਅਤੇ ਆ ਜੀ ਵੀਡੀਓ 'ਚ ਦੇਖੋ ਇਸ ਗੇੜੇ ਦਾ ਸਮਾਨ ਕਾਰ 'ਚ ਕਿਵੇਂ ਲੱਦ ਕੇ ਲੈ ਕੇ ਆਉਂਦਾ। ਲਓ ਜੀ ਕਹਿ ਦਿੰਦੇ ਹਾਂ ਵੀ ਕਿੰਨੇ ਕੁ ਪੈਸੇ ਲੱਗ ਗਏ, ਕਿਉਂਕਿ ਬਾਈ ਜੀ ਹਜੇ ਸਮਾਨ ਚੱਲ ਹੀ ਰਿਹਾ ਹੈਗਾ ਆਪਣਾ, ਵੀ ਕੁਛ ਆ ਗਿਆ ਕੁਛ ਰਹਿ ਗਿਆ ਫਿਰ ਆ ਗਿਆ, ਤਾਂ ਕਰਕੇ ਹਜੇ ਬਾਈ ਟੋਟਲ ਕੈਲਕੂਲੇਸ਼ਨ ਦਾ ਪਤਾ ਨਹੀਂ ਲੱਗ ਰਿਹਾ। ਅਤੇ ਜਦੋਂ ਮੰਨ ਲਓ ਕਲੀਅਰ ਹੋ ਗਿਆ ਵੀ ਇਦੋਂ ਬਾਅਦ ਆਪਾਂ ਕੁਛ ਨਹੀਂ ਟਰੈਕਟਰ ਦਾ ਲਿਆਉਣਾ, ਤਾਂ ਆਪਾਂ ਜਮ੍ਹਾਂ ਆਈਡੀਆ ਕਲੀਅਰ ਹੋ ਜੂਗਾ ਵੀ ਆਪਾਂ ਕਿੰਨਾ ਖਰਚਾ ਆ ਗਿਆ ਟਰੈਕਟਰ 'ਤੇ। ਸੋ ਆਹ ਸ਼ੋਅ ਲਿਆਂਦੀ ਹੈ ਜੀ, ਆਪਾਂ ਤੁਹਾਨੂੰ ਕਰਾ ਦੇਈਏ ਦਰਸ਼ਨ, ਹਜੇ ਅਸੈਂਬਲ ਕਰਨ ਵਾਲੀ ਪਈ ਹੈ। ਅਤੇ ਇਹਨਾਂ ਦੇ ਹਲਕੇ ਫੁਲਕੇ ਕਿਤੇ ਕਿਤੇ ਇੱਦਾਂ ਦੇ ਸਕਰੈਚ ਹੈ, ਅਤੇ ਇਹ ਆਪਾਂ ਦੇਖ ਲਾਂਗੇ ਵੀ ਇਹਦਾ ਕਿਵੇਂ ਸਲਿਊਸ਼ਨ ਕਰਨਾ। ਕੋਈ ਜਿਵੇਂ ਆਹ ਪੱਲਾ ਸਾਫ਼ ਹੈ ਥੋੜ੍ਹਾ ਜਿਹਾ, ਆਹ ਵੀ ਸਾਫ਼ ਹੈ ਸਿਸਟਮ, ਇਹਦੇ 'ਤੇ ਸਕਰੈਚ ਹੈ ਜੀ ਹਲਕੇ ਹਲਕੇ, ਇਹ ਜਾਂ ਤਾਂ ਪੇਂਟ ਹੀ ਕਰਾ ਦਿਆਂਗੇ ਕਿਉਂਕਿ ਰਬਿੰਗ ਨਾਲ ਵੀ ਨਹੀਂ ਉੱਠਣੇ ਗੇ। ਅਤੇ ਇੱਕ ਸਿਸਟਮ ਉੱਧਰ ਪਿਆ ਇਹਦਾ, ਸੋ ਦਾ ਤਾਂ ਹੋ ਗਿਆ ਜੀ। ਮੰਨ ਲਓ ਪੂਰਾ ਇੱਕ ਇੱਥੋਂ ਵਾਲੀ ਜਾਲੀ ਘੱਟ ਹੈ, ਉਹ ਆਪਾਂ ਲੈ ਲਾਂਗੇ ਇਕੱਲੇ। ਅਤੇ ਸ਼ੋਅ ਮਿਲ ਗਈ ਹੈ ਜੀ, ਮੰਨ ਲਓ ਆਪਾਂ ਨੂੰ ਜੈ ਜੀ। ਇਹ ਤੋਂ ਬਾਅਦ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣਾ ਜੀ, ਵੀ ਕਿਉਂਕਿ ਅਗਲਾ ਕਹਿ ਦਿੰਦਾ ਜੀ ਸਮਾਨ ਸਮਾਨ ਤਾਂ ਐਂ ਲਿਆਉਣਾ ਪੈਂਦਾ ਜੀ। ਆਹ ਪਿਆ ਸਮਾਨ ਦੇਖੋ, ICM ਫਿਰਦੇ ਆ, ਕੋਈ ਡਿਸਟ੍ਰੀਬਿਊਟਰ ਫਿਰਦਾ, ਲਾਈਟਾਂ ਵਗੈਰਾ ਸੱਚਾ ਹੈ। ਆਹ AC ਦਾ ਕੰਡੈਂਸਰ ਹੈ ਜੀ, ਜਿਹੜਾ ਅੱਡ ਜਗ੍ਹਾ 'ਤੇ ਲਾਉਣਾ ਆਪਾਂ। ਆਹ ਕੋਈ ਵਾਇਰਿੰਗ ਪਈ ਹੈ, ਇਹ ਕੋਈ ਕਿੱਲੀਆਂ ਸੰਗਲੀਆਂ ਜੀ। ਇੱਕ ਆਹ ਡੀਜ਼ਲ ਪੰਪ ਨਵਾਂ ਲੈ ਕੇ ਆਉਂਦਾ ਆਪਾਂ, ਇਹ 3 ਸਿਲੰਡਰ 'ਤੇ ਲਾਉਣਾ ਜੀ। ਅਤੇ ਇਹਦੀ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਲਾਂਗੇ, ਇਹਦੇ 'ਚ ਕੋਈ ਹੌਸ ਪਾਈਪ 'ਤੇ ਛੋਟੀਆਂ ਕਿੱਲੀਆਂ। ਆਹ 2 ਗੁੱਟ ਐਕਸਟੈਂਸ਼ਨ ਵਾਲੇ ਆ ਜੀ, ਇੱਧਰ ਲੋਹੇ ਦਾ ਸਮਾਨ ਆ ਇਹਦੇ ਵਿੱਚ ਪਿਆ, ਟਰੈਕਟਰ ਦੀਆਂ ਲਾਈਟਾਂ ਇਹਦੇ 'ਚ ਪਈਆਂ, ਲਾਈਟਾਂ 'ਤੇ ਲੋਕ ਇਹਦੇ 'ਚ। ਕਾਫੀ ਸਮਾਨ ਹੋ ਜਾਂਦਾ ਜਿਹੜਾ ਟਰੈਕਟਰ ਦਾ ਛੋਟਾ ਛੋਟਾ ਆਪਾਂ ਨੂੰ ਲਿਆਉਣਾ ਪੈਂਦਾ, ਕਾਫੀ ਸਪੇਅਰ ਵਾਲੀ ਗੱਲ ਹੀ ਹੁੰਦੀ ਹੈ ਜੀ, ਲਿਆਉਣਾ ਹੀ ਪੈਂਦਾ ਹੈਗਾ ਜਿੰਨਾ ਚਿਰ ਇੱਕ ਵਾਰੀ ਟਰੈਕਟਰ ਕਲੀਅਰ ਨਹੀਂ ਹੁੰਦਾ ਹੈਗਾ। ਅਤੇ ਆਹ ਪਿਆ ਆਪਣਾ ਉਹ ਜਿਹੜਾ ਟਰੈਕਟਰ 'ਤੇ ਲਾਉਣਾ ਫਿਲਟਰ। ਅਤੇ ਹੋਰ ਵੀ ਅੰਦਰ ਵੀ ਕਾਫੀ ਸਮਾਨ ਪਿਆ, ਜੇ ਤੁਹਾਨੂੰ ਅੰਦਰ ਦਿਖਾ ਦਿਆਂ ਤਾਂ ਤੁਸੀਂ ਹੈਰਾਨ ਹੱਸਣ ਹੀ ਲੱਗ ਜਾਣਾ, ਬਾਈ ਹੈਰਾਨ ਕਾਹਦੇ ਹੁਣ। ਆਹ ਹੁਣ ਇੱਕ ਸੁੱਚ ਲੈ ਕੇ ਆਉਂਦੀ ਹੈ ਬੋਸ਼ ਦੀ, ਜਿਹੜੀ ਜਿਹਦੀ ਮੇਨ ਸਪਲਾਈ ਕੱਟ ਕਰੂਗੀ, ਕਿਉਂਕਿ ਜਿਹੜੇ ECM ਟਰੈਕਟਰ ਨੇ ਥੋੜ੍ਹੀ ਜਿਹੀ ਬੈਟਰੀ ਖਾਂਦੇ ਰਹਿੰਦੇ ਆ ਬੰਦ ਖੜ੍ਹੇ ਵੀ, ਫਿਰ ਜਦੋਂ ਇਹ ਸੁੱਚ ਲੱਗ ਗਈ ਇਹ ਬੈਟਰੀ ਖਾਣੀ ਬੰਦ ਕਰ ਦੂਗਾ। ਅਤੇ ਆਹ ਦੂਜੇ ਪੈਡਲ ਲੈ ਕੇ ਆਉਂਦੇ ਆ, ਇਹਦੇ ਨਾਲ ਆਪਾਂ ਕੋਈ ਸਿਸਟਮ ਬਣਾਉਣਾ, ਪਿੱਛੇ ਸਟੇਅਰਿੰਗ ਵਾਲਾ ਆਟੋਮੈਟੀਕਲ ਪਹਿਲੀ ਵਾਰ ਲਾਵਾਂਗੇ। ਜਿਹੜਾ ਬੈਕ ਸਟੇਅਰਿੰਗ ਹੁੰਦਾ ਹਮੇਸ਼ਾ ਕੋਈ ਤਾਰਾਂ ਤੂਰਾਂ ਪਾ ਕੇ ਲਾਉਂਦੇ ਆ। ਅਤੇ ਆਪਾਂ ਉਹਨੂੰ ਪਹਿਲੀ ਸੋਚਿਆ ਵੀ ਇਹਨੂੰ ਆਟੋਮੈਟਿਕ ਅਤੇ ਨਮੈਟਿਕ ਸਿਸਟਮ ਵਾਲਾ ਬਣਾਉਣਾ, ਵੀ ਹਵਾ ਨਾਲ ਹੀ ਪਿੱਛੇ ਪਾਸੇ ਨੂੰ ਸੀਟ 'ਤੇ ਟਰੈਕਟਰ ਦੀ ਘੁੰਮ ਜਾ ਕਰੇ, ਅਤੇ ਪਿੱਛੇ ਬੈਠੇ ਬੰਦੇ ਨੂੰ ਉਹਨੂੰ ਜਿਹੜੇ ਪੈਡਲ ਦੇਣੇ ਆ ਆਪਾਂ, ਉਹ ਇਲੈਕਟ੍ਰੋਨਿਕ ਪੈਡਲ ਦੇਣੇ ਆ ਬੰਦੇ ਨੂੰ ਦੱਬਣ ਵਾਸਤੇ, ਵੀ ਨਾ ਤਾਂ ਲੋਡ ਆਵੇ ਜੀ ਬੰਦੇ 'ਤੇ। ਅਤੇ ਟਰੈਕਟਰ ਦੇ ਵੀ ਆਪਾਂ 2-4 ਕੰਮ ਕਰਤੇ ਆ ਨੇੜੇ, ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ। ਇੱਕ ਤਾਂ ਇਹਦੀ ਮੂਹਰੇ ਵਾਲੀ ਹੁੱਕ ਦਿੱਤੀ ਬਦਲ ਜੀ ਕੰਪਲੀਟ,
ਆਹ ਰਹਿ ਗਿਆ ਪੇਂਟ ਕਰਨ ਵਾਲਾ ਸਿਸਟਮ, ਇਹ ਆਪਾਂ ਪੇਂਟ ਕਰ ਦਿਆਂਗੇ, ਥੋੜ੍ਹਾ ਹੋਰ ਕੰਮ ਨੇੜੇ ਕਰ ਲਈਏ। ਕਿਹਦਾ ਰੈਡੀਏਟਰ ਫੁੱਲ ਵੱਡਾ ਕਰਤਾ, ਪੁਰਾਣਾ ਰੇਡੀਏਟਰ ਆਪਾਂ ਲਾਹਤਾ ਅਤੇ ਹੁਣ ਫੁੱਲ ਵੱਡਾ ਰੇਡੀਏਟਰ ਲਾਹਤਾ, ਥੋੜ੍ਹਾ ਜਿਹਾ ਲਾਉਣ 'ਚ ਨਿੱਕੀਆਂ ਨਿੱਕੀਆਂ ਦਿੱਕਤਾਂ ਆਈਆਂ ਦੋ ਕੁ, ਜਿਵੇਂ ਕਿ ਮੰਨ ਲਓ ਇੱਥੋਂ ਚੁੱਲ੍ਹਾ ਘਸਾਉਣਾ ਪਿਆ, ਕੱਟ ਦਿੱਤਾ ਚੁੱਲ੍ਹੇ ਨੂੰ ਇੱਧਰ ਵੀ ਅਤੇ ਉੱਧਰ ਵੀ, ਇਸ ਸਾਈਡ 'ਤੇ ਵੀ ਚੁੱਲ੍ਹੇ ਨੂੰ ਕੱਟ ਦਿੱਤਾ ਹਲਕਾ ਜਿਹਾ, ਕਿਉਂਕਿ ਇਹਦੀ ਥੋੜ੍ਹੀ ਜਿਹੀ ਚੜਾਈ ਨੀਚੋਂ ਜ਼ਿਆਦਾ ਸੀਗੀ ਪੁਰਾਣੇ ਰੇਡੀਏਟਰ ਨਾਲੋਂ। ਅਤੇ ਇਹ 300 ਪਾਈਪ ਦਾ ਰੇਡੀਏਟਰ ਹੈ ਜੀ, ਜਿਹੜਾ ਮੰਨ ਲਓ 150 ਹਾਸ ਪਾਵਰ ਟਰੈਕਟਰ 'ਤੇ ਲੱਗਦਾ, ਅਤੇ ਇਹ ਕਰਤਾ ਫਿੱਟ ਇੱਕ ਵਾਰੀ, ਅਤੇ ਕਸਣ ਵਾਲਾ ਪਿਆ ਗਿਆ, ਕਿਉਂਕਿ ਇਹਦੇ ਨਾਲ ਆਪਾਂ ਇੱਕ ਰੈਡੀਏਟਰ ਵੱਡਾ ਹੋਣ ਕਰਕੇ ਦੂਜੀਆਂ ਸਪੋਟਾਂ ਲਾਉਣੀਆਂ ਪੈਣਗੀਆਂ ਇਹਨੂੰ, ਪਿੱਛੇ ਤੋਂ ਅੱਗੇ ਵਾਲੀਆਂ, ਇਹਨੂੰ ਨਜ਼ਰ ਚਲਾ ਨਹੀਂ ਸਕਦੇ ਕਿਉਂਕਿ ਇਹ ਹਲਕਾ ਜਿਹਾ ਪਿੱਛੇ ਨੂੰ ਵੇਟ ਝੋਕ ਕੇ ਰਹਿੰਦਾ ਹੈ। ਧਿਆਨ ਨਾਲ ਦੇਖੋ ਪੱਖੇ ਦਾ ਨੀਚੇ ਗੈਪ ਵੱਧ, ਉੱਪਰ ਜਾ ਕੇ ਘੱਟ ਹੈ, ਇਹਨੂੰ ਉੱਪਰੋਂ ਸਪੋਰਟ ਦੇਣੀ ਪੈਣੀ ਹੈ, ਜਿਹੜੀ ਮੰਨ ਲਓ ਵੀ ਰੈਡੀਏਟਰ ਆਪਾਂ ਇਸ ਪੱਤੀ ਤੋਂ ਦੇਵਾਂਗੇ, ਅਤੇ ਜਿਹਦੇ ਨਾਲ ਰੈਡੀਏਟਰ ਹਲਕਾ ਜਿਹਾ ਸਿੱਧਾ ਰਹੇ ਬਿਲਕੁਲ, ਇਹਦੇ ਨਾਲ ਉੱਪਰੋਂ ਨੇੜੇ ਹੈ ਅਤੇ ਇਹਦੇ ਨਾਲ ਰੈਡੀਏਟਰ ਨਾਲ ਟੱਚ ਹੋਣ ਦਾ ਡਰ ਆ ਥੋੜ੍ਹਾ ਜਿਹਾ ਪੱਖੇ ਦਾ। ਅਤੇ ਬਾਕੀ ਦੀ ਗੈਲਰੀ ਆਪਾਂ ਟਰੈਕਟਰ ਦੀ ਧੋਤੀ ਸੀਗੀ ਸਾਰੀ, ਉਹ ਤੁਹਾਨੂੰ ਪਿਛਲੀ ਵੀਡੀਓ 'ਚ ਦੇਖੀ ਹੋਣੀ ਹੈ, ਕਿਉਂਕਿ ਗੈਲਰੀ 'ਚ ਵੀ ਜਿੰਨਾ ਗਾਰਾ ਮਿੱਟੀ ਸੀ ਉਹ ਵੀ ਉੱਠ ਖੜਿਆ ਸੀ, ਅਤੇ ਡੀਜ਼ਲ ਟੈਂਕੀ ਵੀ ਇਹਦੀ ਧੋਤੀ ਸੀ, ਫਿਲਟਰ ਦੋਨੋਂ ਨਵੇਂ ਪਾਤੇ ਹੈ। ਕੰਮ ਇਹਦਾ ਮੰਨ ਲਓ ਆਲਮੋਸਟ ਵਾਂਗੂ ਆਪਾਂ ਕਰ ਹੀ ਦਿੱਤਾ ਹੈ। ਆਹ 3-4 ECM ਜੀ ਹੋਰ ਲਿਆਂਦੇ, ਇੱਕ ਚਲਾ ਕੇ ਚੈੱਕ ਕਰਨ ਨੂੰ, ਉਦੋਂ ਬਾਅਦ ਆਪਾਂ ਆਪਦੇ ਹਿਸਾਬ ਨਾਲ ਸੈਟਿੰਗ ਕਰ ਲਾਂਗੇ। ਸੋ ਇੱਕ ਆਹ ਪੈਪ ਲੈ ਕੇ ਆਉਂਦੀ ਸੀ, ਕਿਉਂਕਿ ਰੈਡੀਏਟਰ ਵੱਡਾ ਹੋਣ ਨਾਲ ਬੈਂਡ ਵੱਡਾ ਪੈਣਾ ਹਲਕਾ ਜਿਹਾ, ਪਹਿਲਾਂ ਵਾਲਾ ਬੈਂਡ ਆ ਜਿਹੜਾ ਮੰਨ ਲਓ ਉਹ ਛੋਟਾ ਹੈਗਾ, ਉਹ ਖਿੱਚ ਕੇ ਜੇ ਚੜਾਇਆ ਪਿਆ, ਇਹ ਆ ਪਿਆ ਉਹ ਬੈਂਡ, ਅਤੇ ਹੁਣ ਥੋੜ੍ਹਾ ਲੰਮੀ ਲੈਂਥ ਵਾਲਾ ਬੈਂਡ ਚੜ੍ਹਨਾ, ਇਹ ਬੈਂਡ ਲਿਆਂਦਾ ਸੀਗਾ। ਜਿਹੜਾ AC ਦਾ ਏਅਰ ਕੰਡੈਂਸਰ, ਉਹ ਮੇਰਾ ਇਰਾਦਾ ਵੀ ਇੱਥੇ ਨੀਚੇ ਲਾਈਏ ਇਸ ਵਾਰ, ਇੱਕ ਤਾਂ ਇੱਥੋਂ ਝਾੜਨਾ ਸੌਖਾ ਡਰਾਈਵਰ ਨੂੰ, ਕਈ ਵਾਰ ਜਿਵੇਂ ਮੰਨ ਲਓ ਪਾਣੀ ਮਾਰਨਾ ਪੈਂਦਾ ਉਹਨੂੰ ਦੋ ਕੁ ਦਿਨ ਮੱਕੀ 'ਤੇ ਚਲਾਉਣ ਤੋਂ ਬਾਅਦ, ਨੀਚੇ ਹੋਵੇ ਤਾਂ ਬੰਦੇ ਨੂੰ ਥੋੜ੍ਹਾ ਸੌਖਾ ਰਹਿੰਦਾ ਪਾਣੀ ਪੂਣੀ ਮਾਰਨਾ ਉੱਤੇ, ਅਤੇ ਮਨ ਤਾਂ ਮੇਰਾ ਆਈ ਆ ਵੀ ਆਪਾਂ ਇੱਥੇ ਹੀ ਲਾਈਏ ਨੀਚੇ, ਕਿਉਂਕਿ ਇਹਦੇ ਇੱਥੇ ਬੈਟਰੀ ਬੋਕਸ ਹੁੰਦਾ ਦੂਜੇ ਟਰੈਕਟਰਾਂ ਦੇ 90 ਵਾਲਿਆਂ ਦੇ, ਇਹਦੇ ਇੱਥੇ ਖਾਲੀ ਸਪੇਸ ਆ ਹੁਣ ਕਾਫੀ, ਅਤੇ ਇੱਥੇ ਵਧੀਆ ਲੱਗ ਸਕਦਾ, ਅਤੇ ਇੱਥੇ ਪੈਰ ਪੂਰ ਵੀ ਹੈਗੇ ਕਸਣ ਵਾਲੇ, ਜੁਗਾੜ ਬਣ ਜੂ ਸੌਖਾ। ਆਹ ਵਾਲੇ ਦੋ ਡਿਸਟੀਬਿਊਟਰ ਹੈ ਜੀ, ਇਹਦੇ ਇੱਕ 4x4 ਦਾ ਅਤੇ ਇੱਕ ਇਲੈਕਟ੍ਰੋਨਿਕ ਡਿਸਟੀਬਿਊਟਰ ਡਿਫਰੈਂਸ਼ੀਅਲ ਲੋਕ ਦਾ, ਬੜੇ ਵਧੀਆ ਫੰਕਸ਼ਨ ਹੈ ਇਹਦੇ। ਆਹ ਵਾਲਾ ਫਿਲਟਰ ਆਪਾਂ ਨਵਾਂ ਲਿਆਂਦਾ ਪਿਆ, ਚੇਂਜ ਕਰ ਦਿਆਂਗੇ ਹੁਣ, ਅਤੇ ਇਹਦਾ ਟਾਈਮ ਨਹੀਂ ਲੱਗਿਆ ਥੋੜ੍ਹਾ ਜਿਹਾ ਇਹਦੇ ਕੋਲ ਆਉਣ ਦਾ 2-3 ਦਿਨ। ਸੋ ਕੰਮ ਜਿਹੜਾ ਠੱਲਿਆ ਸੀਗਾ ਉੱਥੇ ਹੀ ਕਿਰਾਂ ਰੁਕ ਗਿਆ। ਬਾਕੀ ਇੱਕ ਆਪਾਂ ਇਹਦੇ PTO ਸਪੀਡ ਸੈਂਸਰ ਲਿਆਂਦਾ, ਉਹ ਇਹਦੇ ਹੈਣੀ ਸੀਗਾ, ਅਤੇ ਉਹਦੀ ਵਾਇਰ ਹੈਗੀ ਹੈ, ਅਤੇ ਇਹਦੇ PTO ਦੇ ਵਿੱਚ ਆਪਾਂ ਇੱਕ ਸੈਂਸਰ ਲਾਉਣਾ ਜਿਹੜਾ ਅੰਦਰ PTO ਦੇ ਸਪੀਡ ਵੀ ਦੱਸੇ ਵੀ ਕਿੰਨੇ ਚੱਕਰਾਂ 'ਤੇ ਇਹਦੀ PTO ਚੱਲ ਰਹੀ ਹੈ, ਕਿਉਂਕਿ ਫਿਰ ਨਵੀਆਂ ਤੋਂ ਨਵੀਆਂ ਚੀਜ਼ਾਂ ਹੋਣ ਬਈ, ਬੰਦੇ ਨੂੰ ਉੱਪਰ ਬੈਠੇ ਨੂੰ ਬੜੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਵਿੱਚ ਬੈਠੇ ਨੂੰ ਵੀ PTO ਕਿੰਨੇ RPM 'ਤੇ ਹੈ, ਅਤੇ ਕੈਲਕੂਲੇਸ਼ਨ ਹੋ ਜਾਂਦੀ ਹੈ, ਕਿਉਂਕਿ ਆਹ ਵਾਇਰ ਦੇ ਵਿੱਚ ਇੱਕ PTO ਸੈਂਸਰ ਦਾ ਪਲੱਗ ਦਿੱਤਾ ਹੋਇਆ ਸੀ। ਫਿਰ ਮੇਰੇ ਮਨ 'ਚ ਆਇਆ ਵੀ ਆਪਾਂ PTO ਸੈਂਸਰ ਵੀ ਕਾਹਨੂੰ ਛੱਡਣਾ, ਆਪਾਂ ਲਾ ਹੀ ਦੇਈਏ, ਕਿਉਂਕਿ ਤੁਰਨ ਦੀ ਸਪੀਡ ਤਾਂ ਆਪਦੀ ਹੈ, ਪਹਿਲਾਂ ਹੀ ਦੱਸਦਾ ਟਰੈਕਟਰ ਵੀ ਕਿੰਨੇ ਦੀ ਸਪੀਡ 'ਤੇ ਤੁਰਿਆ ਜਾਂਦਾ, ਪੁਆਇੰਟਾਂ 'ਚ ਵੀ ਦੱਸਦਾ ਜੀ, ਜੇ 1.1 ਦੀ ਸਪੀਡ 'ਤੇ ਜਾਂਦਾ ਤਾਂ 1.1 ਵੀ ਦੱਸਦਾ, ਜੇ 0.1 'ਤੇ ਜਾਂਦਾ ਤਾਂ 0.1 ਵੀ ਦੱਸਦਾ, ਯਾਨੀ 100 ਮੀਟਰ ਤੋਂ ਦੱਸਣਾ ਸ਼ੁਰੂ ਕਰਦਾ ਆਪਦੀ ਸਪੀਡ ਨੂੰ, 100 ਮੀਟਰ, 200 ਮੀਟਰ, 300 ਮੀਟਰ ਦੇ ਤੌਰ 'ਤੇ ਸਾਰੀਆਂ ਸਪੀਡਾਂ ਦੱਸਦਾ। ਹੁਣ ਇਹਦੇ ਆਪਾਂ RPM ਮੀਟਰ ਲਾਉਣਾ PTO 'ਤੇ,
ਅੰਦਰ ਹੈਗੇ ਆ ਅਤੇ ਆਪਸ਼ਨ ਬਣਾ ਦੇਵਾਂਗੇ। ਅਤੇ ਵਾਇਰ ਦਿੱਤੀ ਵੀ ਹੈ ਅਤੇ ਆਪਾਂ ਲਾ ਕੇ ਸੈਂਸਰ ਇਹਦਾ ਲਿਆਂਦਾ ਪਿਆ, ਉਹਦਾ ਸਮਾਨ ਜ਼ਿਆਦਾ ਅੰਦਰ ਪਿਆ ਹੈਗਾ ਅਤੇ ਉਹ ਤੁਹਾਨੂੰ ਦਿਖਾ ਦੇਵਾਂਗੇ। ਜਿਵੇਂ ਆਹ ਹੁੱਕ ਵਗੈਰਾ ਇਹ ਆਪਾਂ ਨੂੰ ਬਣਾਉਣੀ ਨਹੀਂ ਪਈ ਹੈ, ਬਣੀ ਬਣਾਈ ਮਿਲ ਗਈ ਹੈ ਅਤੇ ਬਸ ਇਹਦਾ ਲਿਆ ਕੇ ਇਕੱਲੀ ਕਸਮ ਦਾ ਕੰਮ ਹੀ ਕੀਤਾ ਇਹਨੂੰ ਆਪਾਂ। ਅਤੇ ਹੁੱਕ ਵਾਲੀ ਕਿੱਲੀ ਓਰੀਜਨਲ ਮਿਲ ਗਈ ਸੀ ਉੱਥੋਂ ਹੀ ਅਤੇ ਇਹ ਵੀ ਪਾ ਤੀ ਆਪਾਂ। ਇਹਦੇ ਬੋਕਸ ਵਗੈਰਾ ਲਾ ਤਾ ਸੀਗਾ, ਪੇਂਟ ਕਰਨ ਵਾਲਾ ਰਹਿ ਗਿਆ। ਬਾਕੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ, ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ।